ਆ ਜਿਹੜਾ ਹੈਗਾ ਟੈਂਟ ਪਾਇਆ ਨਵੀਂ ਗੱਡੀ ਦੇ ਵਿੱਚ, ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ, ਕਾਰਡ ਵੀ ਲੈ ਲਿਆ ਨੇ, ਸਭ ਕੁਝ ਦੇਖ ਲਿਆ, ਕਹਿੰਦੇ ਗੱਡੀ ਸਾਈਡ ਤੇ ਲਾ ਲਓ, ਜਾਂ ਗੱਡੀ ਸਾਈਡ ਤੇ ਲਾਈ, ਇਹਨਾਂ ਨੇ ਸਾਡਾ ਕੱਢ ਕੇ ਡੰਡੇ ਨਾਲ ਸਾਡੀ ਗੱਡੀ ਭੰਨੀ ਹੈ, ਝਰੀਟਾਂ ਪਾਈਆਂ ਨੇ, ਫਿਰ ਜੇ ਅਸੀਂ ਗੱਲ ਕਰਨਾ ਹੈ ਤਾਂ ਸਾਨੂੰ ਹੁਮਾ ਕੇ ਪੈ ਗਏ, ਬੱਚਿਆਂ ਨੂੰ ਮਾਰਨ ਆ ਗਏ। ਅੱਛਾ ਜੀ, ਅਜੇ ਕਹਿੰਦੇ ਚਲੋ ਥਾਣੇ 'ਚ ਪੁਲਿਸ, ਪਹਿਲਾਂ ਇਹਨਾਂ ਨੇ ਆਪ ਬੁਲਾਈ ਹੈ, ਚਲੋ ਕਹਿੰਦੇ ਤੁਹਾਡੇ ਥਾਣੇ 'ਚ ਸਮਝੌਤਾ ਕਰਦੇ, ਅਸੀਂ ਕਿਉਂ ਥਾਣੇ 'ਚ ਆਈਏ ਇੱਥੇ ਕਰਾਂਗੇ। ਇਹ ਤਾਂ ਸਾਡਾ ਪਿੱਛਾ ਗੱਡੀ ਆਇਆ ਕਿਉਂ ਖੜ ਕੇ? ਅਸੀਂ ਸਮਾਣੇ ਤੋਂ ਚੱਲੇ ਹਾਂ, ਇੱਥੇ ਮੋਹਰ ਜਾਣਾ ਸੀ, ਅਸੀਂ ਸਰਵਰ ਕੁਈਆਂ ਰਜਿਸਟਰੀ ਕਰਿਆ, ਇੱਥੇ ਜਦ ਅਸੀਂ ਗੱਡੀ ਲੰਘਾਉਣ ਲੱਗੇ, ਉਹ ਪਿਛਲੇ ਦੋ ਟੂਲ ਪਲਾਜ਼ਾ 'ਤੇ ਉਹ ਜਿਹੜਾ ਕਾਰਡ ਜਿਹਾ ਸੀ ਉਹ ਪੂਰਾ ਹੋ ਚੁੱਕਿਆ, ਇੱਥੇ ਅਸੀਂ ਕਹਿੰਦੇ ਵੀ ਗੱਡੀ ਰੋਕੋ, ਅਸੀਂ ਅਗਾਹ ਕਰਕੇ ਗੱਡੀ ਰੋਕ ਲੈਂਦੇ ਹਾਂ, ਗੱਡੀ ਰੋਕੀ, ਅਸੀਂ ਇਹਨਾਂ ਕਿਹਾ ਵੀ ਇਹਨਾਂ ਗੱਡੀ ਰੋਕਦੇ ਰੋਕਦੇ ਡੰਡਾ ਮਾਰੇ ਗੱਡੀ, ਅਸੀਂ ਕਿਹਾ ਵੀ ਡੰਡਾ ਕਿਉਂ ਮਾਰਿਆ, ਇਹ ਸਾਡੇ ਮੁੰਡੇ ਗੱਲ ਪੈਗੀ, ਇਹਨਾਂ ਨੇ ਧੱਕਾ ਕਰਿਆ, ਪ੍ਰਸ਼ਾਸਨ ਇਹਨਾਂ 'ਤੇ ਕਾਰਵਾਈ ਕਰੇ, ਇਹ ਟੂਲ ਪਲਾਜ਼ਾ ਬੰਦ ਹੋਣਾ ਚਾਹੀਦਾ। ਇਹਨਾਂ ਨੇ ਹੀ ਸਾਡੇ ਨਾਲ ਧੱਕਾ ਕੀਤਾ, ਸਭ ਤੋਂ ਪਹਿਲਾਂ 'ਚ ਮੈਂ ਹੀ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਰੀਚਾਰਜ ਕਰਾ ਦਿੰਦੇ ਹਾਂ ਫਾਸਟ ਟੈਗ 'ਚ ਸਾਈਡ 'ਤੇ ਲਾ ਕੇ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਇਹ ਕਾਰਡ ਵੀ ਉਹਨਾਂ ਨੂੰ ਦੇਤਾ ਜੀ, ਅਤੇ ਜਦੋਂ ਅਸੀਂ ਸਾਈਡ 'ਤੇ ਲਾਉਣ ਲੱਗੇ, ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਆ ਕੇ ਗੱਡੀ ਦੇ ਡੰਡਾ ਮਾਰਿਆ, ਅਸੀਂ ਆ ਕੇ ਇੱਥੇ ਖੜ੍ਹ ਕੇ ਅਸੀਂ ਪੁੱਛਿਆ ਤੁਹਾਡਾ ਮਤਲਬ ਕੀ ਹੈ, ਮੈਂ ਕਿਹਾ ਮੈਨੇਜਰ ਨੂੰ ਬੁਲਾ ਬਈ ਤੂੰ ਉਹਦੇ ਨਾਲ ਤੁਹਾਡਾ ਮਤਲਬ ਹੈ ਕੀ ਆ ਰੀਚਾਰਜ ਦਾ, ਇਹ ਤਿੰਨ ਚਾਰ ਜਾਣੇ ਜਦੀ ਆਏ, ਕਹਿੰਦੇ ਕੋਈ ਗੱਲ ਨਹੀਂ ਦੱਸ ਰਿਹਾ ਤੁਹਾਨੂੰ, ਇਹਨਾਂ ਨੇ ਫਿਰ ਸਾਡੇ 'ਤੇ ਡਾਂਗਾਂ ਮਾਰੀਆਂ, ਬਾਈ ਹੁਣੀ ਉਹ ਤਾਂ ਖੜ੍ਹੇ ਸੀਗੇ ਇੱਥੇ ਮੌਕੇ ਦੇ ਉੱਤੇ, ਫਿਰ ਇਕੱਠ ਹੋਇਆ ਜੀ, ਤਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ। ਤੁਸੀਂ ਹੁਣ ਕੀ ਚਾਹੁੰਦੇ ਹਾਂ, ਕੀ ਹੋਣਾ ਚਾਹੀਦਾ? ਅਸੀਂ ਚਾਹੁੰਦੇ ਇਨਸਾਫ ਹੋ ਵੀ, ਪਹਿਲਾਂ ਤੋਂ ਜਿਹੜਾ ਮੁੰਡਾ ਗਾ ਉਹਨੇ ਹੋਰਾਂ ਨਾਲ ਵੀ ਬਹੁਤ ਬਦਤਮੀਜ਼ੀ ਕੀਤੀ, ਉਹਨੂੰ ਕੱਢਿਆ ਜਾਵੇ ਇੱਥੇ, ਅਤੇ ਟੋਲ ਪਲਾਜ਼ਾ ਬੰਦ ਹੋਵੇ ਅਤੇ ਪਰਚਾ ਹੋਵੇ ਇਹਨਾਂ ਦੇ। ਗੁਰਸਿੱਖ ਪਰਿਵਾਰ ਸੀਗਾ? ਹਾਂਜੀ ਹਾਂਜੀ, ਦਸਤਾਰਾਂ ਬੰਨੀਆਂ ਹੋਈਆਂ ਨੇ, ਧੱਕੇ ਮਾਰੇ ਗਏ, ਧੱਕੇ ਮਾਰੇ ਗਏ, ਨਹੀਂ ਦਸਤਾਰ ਉੱਤਰੀ ਆ ਜੀ, ਕੈਮਰੇ ਦੇ ਵਿੱਚ ਆਊਗਾ ਦਸਤਾਰ, ਧੱਕੇ ਨਾਲ ਗਿਰੇ ਵੀ ਨੇ ਭੂਆ ਜੀ ਹੁਣੀ, ਇਹਨਾਂ ਦਾ ਵੀ ਅੰਮ੍ਰਿਤ ਛਕਿਆ ਹੋਇਆ ਸਭ ਦੇ ਉੱਤਰੇ। ਤਾਂ ਟੋਲ ਵਾਲਿਆਂ ਨੇ ਦੇਖੋ ਕਿਵੇਂ ਗੁੰਡਾਗਰਦੀ ਕੀਤੀ ਹੈ, ਇੱਕ ਗੁਰਸਿੱਖ ਪਰਿਵਾਰ ਦੀ ਕੁੱਟਮਾਰ ਕੀਤੀ ਹੈ, ਕੇਸਗੀਆਂ ਔਰਤਾਂ ਦੇ ਵੱਲੋਂ ਬੰਨੀਆਂ ਹੋਈਆਂ ਨੇ ਸਿਰ 'ਤੇ, ਦਮਾਲੇ ਬੰਨੇ ਹੋਏ ਨੇ ਸਿਰ 'ਤੇ ਇਹਨਾਂ ਨੇ, ਇਹ ਵੀ ਟੋਲ ਵਾਲਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਪਰਿਵਾਰ ਦੇ ਨਾਲ ਹੈ ਸ਼ਖਸ, ਕੁੱਟਮਾਰ ਕੀਤੀ ਹੈ ਇੱਕ ਕੇਸਾਂਧਾਰੀ ਗੁਰਸਿੱਖ ਪਰਿਵਾਰ ਦੀ, ਇੱਕ ਸ਼ਖਸ ਦੀ, ਕਿਸਾਨ ਯੂਨੀਅਨ ਮੌਕੇ 'ਤੇ ਪਹੁੰਚ ਗਈ, ਧਰਨਾ ਦਿੱਤਾ ਜਾ ਰਿਹਾ ਹੈ, ਸੀ ਸੀ ਟੀ ਵੀ 'ਚ ਸਾਰੀ ਘਟਨਾ ਕੈਦ ਹੋਈ ਹੈ। ਦਰਅਸਲ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਦੇ ਬਲਵਾਣਾ ਟੋਲ ਦੀਆਂ, ਜਿੱਥੇ ਗੁਰਸਿੱਖ ਪਰਿਵਾਰ ਦੇ ਨਾਲ ਟੋਲ ਕਰਮੀਆਂ ਨੇ ਕੁੱਟਮਾਰ ਕੀਤੀ ਹੈ, ਡਾਂਗਾਂ ਦੇ ਨਾਲ ਹੋਰ ਕਈ ਚੀਜ਼ਾਂ ਦੇ ਨਾਲ ਉਹਨਾਂ 'ਤੇ ਵਾਰ ਕੀਤਾ ਹੈ, ਗੱਡੀ ਦੀ ਵੀ ਤੋੜ ਭੰਨ ਕੀਤੀ ਹੈ, ਜਿਸ ਤੋਂ ਬਾਅਦ ਗੁਰਸਿੱਖ ਪਰਿਵਾਰ ਨੇ ਕਿਸਾਨ ਯੂਨੀਅਨ ਦੀ ਮਦਦ ਮੰਗੀ, ਕਿਸਾਨ ਯੂਨੀਅਨ ਮੌਕੇ 'ਤੇ ਪਹੁੰਚੀ ਅਤੇ ਹੁਣ ਧਰਨਾ ਦਿੱਤਾ ਜਾ ਰਿਹਾ ਇਸ ਟੋਲ ਪਲਾਜ਼ੇ ਦੇ ਉੱਤੇ, ਅਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਸਾਫ਼ ਸਾਫ਼ ਸੀ ਸੀ ਟੀ ਵੀ 'ਚ ਦੇਖਿਆ ਜਾ ਸਕਦਾ ਹੈ ਕਿ ਪਰਿਵਾਰ ਗੱਡੀ 'ਚ ਆਉਂਦਾ ਹੈ ਅਤੇ ਟੋਲ ਕਰਮੀ ਉਹਨਾਂ ਦੇ ਨਾਲ ਲੜ ਰਹੇ ਨੇ, ਜਿਹੜੇ ਡੰਡੇ ਟੋਲ ਪਲਾਜ਼ਿਆਂ 'ਤੇ ਲੱਗੇ ਹੁੰਦੇ ਨੇ ਉਹੀ ਪੱਟ ਕੇ ਉਹਨਾਂ ਨਾਲ ਹੀ ਹਮਲਾ ਕੀਤਾ ਗਿਆ ਹੈ ਟੋਲ ਕਰਮੀਆਂ ਦੇ ਵੱਲੋਂ ਇਹਨਾਂ ਗੁਰਸਿੱਖ ਪਰਿਵਾਰ ਦੇ ਉੱਤੇ। ਆਓ ਪਰਿਵਾਰ ਦਾ ਕੀ ਕਹਿਣਾ ਹੈ ਅਤੇ ਕਿਸਾਨ ਜਥੇਬੰਦੀ ਕੀ ਕਹਿ ਰਹੀ ਹੈ ਜਾਣਦੇ। ਆਹ ਜਿਹੜਾ ਹੈਗਾ ਟੈਂਟ ਪਾਇਆ ਨਵੀਂ ਗੱਡੀ ਦੇ ਵਿੱਚ, ਆਹ ਦੇਖੋ ਆਹ ਗੱਡੀ ਆ ਜੀ, ਇਹ ਜਮਾਂ ਬਿਲਕੁਲ ਨਵੀਂ ਗੱਡੀ ਲਈ ਸੀ, ਆਹ ਬਾਈ ਜੀ ਆ। ਹਾਂਜੀ, ਅਸੀਂ ਨਾ ਜੀ ਉੱਥੇ ਜਾ ਰਹੇ ਸੀਗੇ, ਸਾਡਾ ਫਾਸਟ ਟੈਗ ਦੇ ਵਿੱਚੋਂ ਰੀਚਾਰਜ ਕਹਿੰਦੇ ਖਤਮ ਆ, ਇਹ ਕਹਿੰਦੇ, ਅਸੀਂ ਕਿਹਾ ਚਲੋ ਸਾਈਡ 'ਤੇ ਲਾ ਕੇ ਅੱਗੇ ਅਸੀਂ ਰੀਚਾਰਜ ਕਰਦੇ ਹਾਂ, ਤੁਸੀਂ ਖੋਲੋ। ਅਸੀਂ ਸਾਈਡ 'ਤੇ ਲਾਉਣ ਲਈ ਗੱਡੀ, ਇਹਨਾਂ ਦਾ ਅੱਗਾ ਚਲਾਇਆ, ਪਿੱਛੋਂ ਇੱਕ ਜਣੇ ਨੇ ਡੰਡਾ ਮਾਰਿਆ ਜੀ, ਬਹੁਤ ਖਿੱਚ ਕੇ ਇਹਦੇ 'ਤੇ। ਫਿਰ ਅਸੀਂ ਜਾ ਕੇ ਪੁੱਛਿਆ, ਮੈਂ ਕਿਹਾ ਤੁਹਾਡਾ ਇਹ ਮਤਲਬ ਕੀ ਹੈ, ਜਾਂ ਅਸੀਂ ਕਹਿ ਰਹੇ ਹਾਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰ ਦੇਵਾਂਗੇ ਕਿ ਨਹੀਂ,
ਇਹ ਨਾਲ ਦੀ ਨਾਲ ਟੁੱਟ ਕੇ ਪੈ ਗਏ। ਜਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਆਹ ਕਰਾਊ ਠੀਕ ਹੋਣ ਤੁਸੀਂ, ਤੁਹਾਡਾ ਮਤਲਬ ਕੀ ਆ, ਤੁਹਾਡਾ ਬੁਲਾਓ ਮੈਨੇਜਰ ਇਹ ਅਤੇ ਇਹਨਾਂ ਦੀਆਂ ਜਿਹੜੀਆਂ ਕੁੜੀਆਂ ਬੈਠੀਆਂ ਨੇ, ਇੱਕ ਉਹ ਚੂੜੇ ਜਿਹੇ ਵਾਲੀ ਕੁੜੀ ਆ ਬਾਈ ਅਤੇ ਮੁੰਡਾ ਇੱਕ ਜਿਹੜਾ ਮੁੰਡਾ ਬੋਟਾ ਆ, ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਜੀ। ਮੇਰੇ ਭੂਆ ਜੀ ਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਬੇਅਦਬੀ ਕੀਤੀ ਹੈ ਇਹਨਾਂ ਨੇ ਜੀ, ਸਾਰਾ ਇਹਨਾਂ ਦੇ ਅਸੀਂ ਪਰਚਾ ਕਰਾਉਣਾ ਹੀ ਅਤੇ ਆ ਬੰਦ ਕਰ ਲਈ। ਉਹ ਦੇਖੋ ਸਰ ਉਹਨਾਂ ਦੇ ਟੋਲ ਪਲਾਜ਼ੇ ਵਾਲੇ ਕੋਲ ਰਹਿੰਦੇ ਆ, ਉਹਨਾਂ ਦੇ ਰਹਿੰਦੇ ਆ, ਉਹ ਦੇਖੋ ਸਰ ਇਹ ਟੋਲ ਪਲਾਜ਼ੇ ਵਾਲੇ ਆ, ਸਾਰੇ ਗੁੰਡਾਗਰਦੀ ਕੀਤੀ ਗਈ ਹੈ, ਉਹ ਦੇਖ ਲਓ ਡੰਡਾ, ਉਹ ਹੀ ਟੋਲ ਪਲਾਜ਼ੇ ਵਾਲੇ ਡੰਡੇ ਉਹ ਕੱਟਣ ਪੈ ਗਏ ਸਰ, ਉਹ ਦੇਖ ਲਓ ਸਰ ਉਹ ਉੱਥੇ ਉੱਥੇ ਵੇਖ ਕੇ ਵੀ ਕੁੱਟੇ, ਆਹ ਦੇਖ ਲਓ ਆਹ ਦੇਖ ਲਓ ਇਹ ਟੋਲ ਪਲਾਜ਼ੇ ਵਾਲੇ ਡੰਡੇ ਆ ਸਰ, ਆਹ ਵੇਖ ਲਓ ਸਰ। ਉਸ ਤੋਂ ਬਾਅਦ ਮੇਰੇ ਭੂਆ ਜੀ ਆਏ ਆ ਗੱਡੀ ਚੋਂ, ਹੁਣ ਥਾਣੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਮੈਂ ਕੁਲਦੀਪ ਸਿੰਘ ਨੇਤਾ, ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਮੁਕਤਸਰ ਸਾਹਿਬ, ਬੀਕੇਯੂ ਖੋਖਾ, ਜਿਹੜਾ ਬੱਲੂਆਣਾ ਟੋਲ ਪਲਾਜ਼ਾ ਬਠਿੰਡਾ ਗੰਗਾਨਗਰ ਨੂੰ ਰੋਡ ਜਾਂਦੀ ਆ 7। ਅੱਜ ਜਿਹੜਾ ਕਿ ਉੱਥੇ ਘਟਨਾਕ੍ਰਮ ਹੋਇਆ, ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਹੈ, ਉਹ ਇੱਧਰੋਂ ਆ ਰਹੇ ਸੀਗੇ ਅਤੇ ਅੱਗੇ ਉਹਨਾਂ ਨੇ ਹੋਰ ਰਜਿਸਟਰੀ ਕਰਾਉਣੀ ਸੀਗੀ, ਉੱਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ, ਨਾਲ ਉਹਨਾਂ ਦੇ ਗੁਰਸਿੱਖ ਪਰਿਵਾਰ ਹੈ ਜਿਨ੍ਹਾਂ ਦੀਆਂ ਬੁੜੀਆਂ ਨੂੰ ਧੱਕੇ ਮਾਰੇ ਗਏ ਟੋਲ ਦੇ ਗੁੰਡਿਆਂ ਨਿਓਂ, ਅਤੇ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਹੈ, ਇਸ ਕਰਕੇ ਅਸੀਂ ਨਾਲ ਉਹਨਾਂ 'ਤੇ ਬੇਅਦਬੀ ਦਾ ਪਰਚਾ ਕਰਾਵਾਂਗੇ ਅਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰ ਇਹ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਗੀ, ਉਨਾ ਚੱਕਰ ਬੀਕੇਯੂ ਖੋਸਾ ਨੂੰ ਇਹ ਟੋਲ ਫ੍ਰੀ ਰਹੂਗਾ ਅਣਮਿੱਥੇ ਸਮੇਂ ਲਈ। ਬੀਕੇਯੂ ਖੋਸਾ, ਬੀਕੇਯੂ ਖੋਸਾ, ਟੋਲ ਕੰਪਨੀ ਦੇ ਗੁੰਡੇ, ਟੋਲ ਕੰਪਨੀ ਦੇ ਗੁੰਡੇ, ਬੀਕੇਯੂ ਖੋਸਾ, ਬੀਕੇਯੂ ਖੋਸਾ। ਅੱਜ ਜੋ ਇਹ ਬਦਭਾਗੀ ਘਟਨਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋਟ ਰੋਡ 'ਤੇ ਕੀਤੀ ਆ, ਇਹ ਬੱਲੂਆਣਾ ਟੋਲ ਪਲਾਜ਼ਾ ਦੇ ਨਾਂ ਨਾਲ ਵੱਜਦਾ। ਇਸ ਟੋਲ ਪਲਾਜ਼ੇ 'ਤੇ ਫਾਸਟੈਗ ਦੇ ਵਿੱਚ ਰੀਚਾਰਜ ਖਤਮ ਹੋਣ ਦੀ ਵਜ੍ਹਾ ਕਰਕੇ ਇੱਕ ਇੰਨੀ ਇਹਨਾਂ ਰਿਕੁਐਸਟ ਕੀਤੀ ਕਿ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਂਦੇ ਹਾਂ ਤਾਂ ਤੁਸੀਂ ਸਕੈਨ ਕਰ ਲਿਓ। ਗੱਡੀ ਅੱਗੇ ਕਰਨ ਦੇ ਸਾਰ ਹੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ 'ਤੇ ਡੈਮੇਜ ਪਾ ਤਾ, ਔਰ ਗੁਰਸਿੱਖ ਪਰਿਵਾਰ ਦੇ ਨਾਲ ਹੱਥੋਂ ਪਾਈ ਹੋਏ ਆ, ਉਹਨਾਂ ਦੀ ਇਨਸਲਟ ਕੀਤੀ ਆ, ਔਰ ਇੱਥੋਂ ਤੱਕ ਕਿ ਮਾਰਨ ਤੱਕ ਵੀ ਗਏ ਨੇ ਗੁਰਸਿੱਖ ਪਰਿਵਾਰ ਸੀ, ਡਾਂਗਾਂ ਵੀ ਮਾਰੀਆਂ ਇਹਨਾਂ ਨੇ। ਦੂਜੀ ਗੱਲ ਇਹ ਆ ਵੀ ਇਹ ਦਿਨ ਬ ਦਿਨ ਇਹੋ ਜਿਹੀਆਂ ਘਟਨਾਵਾਂ ਟੋਲਾਂ 'ਤੇ ਹੋ ਰਹੀਆਂ ਕਿ ਇਹ ਗੁੰਡਾਗਰਦੀ ਕਰ ਰਹੇ ਨੇ। ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100-50 ਟੋਲ ਨਹੀਂ ਦੇ ਸਕਦਾ,
ਇਹਨਾਂ ਸਰਾਸਰ ਧੱਕਾ ਕੀਤਾ। ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ। ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦਾ ਵੀ ਇਸ ਗੱਲ 'ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ। ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ।